ਹਾਂਜੀ ਭਾਅ ਜੀ, ਸਾਨੂੰ ਤੁਸੀਂ ਕਿੱਟਾਂ ਦਿੱਤੀਆਂ, ਅਸੀਂ ਤੁਹਾਡੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਪਰ ਸਾਨੂੰ ਅੰਦਰੋਂ ਵੀ ਹਸਪਤਾਲ ਦੇ ਵਿੱਚੋਂ ਵੀ ਸਮਾਨ ਮਤਲਬ ਪੂਰਾ ਮਿਲ ਰਿਹਾ, ਕਿੱਟਸ ਵਗੈਰਾ ਮਿਲ ਰਹੀਆਂ। ਉਹ ਭਾਅ ਜੀ ਉਦੋਂ ਨਹੀਂ ਸੀ ਨਾ, ਹੁਣ ਤਾਂ ਸਾਨੂੰ ਮਿਲ ਰਹੀਆਂ, ਸਾਰਾ ਕੁਝ ਮਿਲ ਰਿਹਾ ਜੀ। ਜਿੱਦਾਂ ਕਿ ਪਰਸੋਂ ਤੁਸੀਂ ਦੇਖਿਆ ਨਰਸਿੰਗ ਸਟਾਫ ਵੱਲੋਂ ਧਰਨਾ ਲੱਗਾ ਸੀਗਾ, ਅਤੇ ਮੇਰੇ ਮਨ ਦੀ ਸੋਚ ਸੀਗੀ ਲੰਗਰ ਲਾਉਣ ਵਿੱਚ, ਮੈਂ ਸੋਚਿਆ ਕਿ ਲੰਗਰ ਤਾਂ ਸਾਰੇ ਸ਼ਹਿਰ ਨੇ ਹੁਣ ਸ਼ੁਰੂ ਕਰਤਾ ਕਿ ਇਹਨਾਂ ਨੂੰ ਕਿੱਟਾਂ ਪ੍ਰੋਵਾਈਡ ਕਰਾਈ ਜਾਣ, ਕਿਉਂਕਿ ਕਾਫੀ ਮਰੀਜ਼ ਵੱਧਦੇ ਪਏ ਨੇ। ਉਸ ਸੰਬੰਧੀ ਜੋ ਮੇਰੇ ਮਨ ਦੀ ਸੋਚ ਸੀ, ਸੇਵਾ ਭਾਵਨਾ ਨਾਲ ਜੋ ਪਿਛਲੇ 17 ਦਿਨ ਤੋਂ ਲੱਗੇ ਹੋਏ ਆ, ਇਹ ਇੱਕ ਨਾਮਰਾਦ ਬਿਮਾਰੀ ਹੈ। ਅਤੇ ਅੱਜ ਮੇਰੇ ਮਨ 'ਚ ਆਇਆ ਕਿੱਟਾਂ, ਅਤੇ ਮੈਂ ਕਿੱਟਾਂ ਪ੍ਰੋਵਾਈਡ ਕਰਾ ਕੇ ਦਿੱਤੀਆਂ ਇਹਨਾਂ ਨੂੰ। 30 ਕਿੱਟਾਂ ਪ੍ਰੋਵਾਈਡ ਇਹਨਾਂ ਨੂੰ ਅੱਜ ਕਰਾਤੇ, 30 ਗਲਵਸ ਪ੍ਰੋਵਾਈਡ ਕਰਾਤੇ, ਹੋਰ ਜਿੰਨੀਆਂ ਕਹਿਣਗੇ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੇ ਆਪਾਂ। ਜੋ ਵੱਧ ਤੋਂ ਵੱਧ ਮੇਰੇ ਕੋਲ ਹੋ ਪਾਏਗਾ ਮੈਂ ਆਪਣੇ ਵੱਲ ਇਹਨਾਂ ਦੀ ਸੇਵਾ ਕਰਾਂਗਾ। ਦੇਖੋ ਜੀ, ਮੈਂ ਕੋਸਟ ਨਹੀਂ ਪੁੱਛੀ, ਮੇਰਾ ਇੱਕ ਬਹੁਤ ਪਿਆਰ ਵਾਲਾ ਸੱਜਣ ਸੀਗਾ, ਉਹਨੂੰ ਮੈਂ ਕਿਹਾ ਵੀ ਇੱਦਾਂ ਤਾਂ ਚਾਹੀਦਾ। ਕਹਿੰਦਾ ਭਾਅ ਜੀ ਲੁਧਿਆਣੇ ਉਹਨੇ ਫੈਕਟਰੀ ਲਾਈ ਹੈ, ਉਹ ਕਹਿੰਦਾ ਭਾਅ ਜੀ ਜਿੰਨੀਆਂ ਲੋੜ ਹੈ ਵਾਸ਼ੇਬਲ ਹੈਗੀਆਂ, ਕਹਿੰਦਾ ਤੁਸੀਂ ਲੈ ਲਓ, ਅਸੀਂ ਬਾਅਦ 'ਚੋਂ ਹਿਸਾਬ ਕਰਾਂਗੇ, ਕਿਉਂਕਿ ਮੈਂ ਇੱਕ ਆਲਰੇਡੀ ਬਿਜ਼ਨਸਮੈਨ ਹਾਂ ਰੈਡੀਮੇਡ ਦਾ, ਉਹਨਾਂ ਨੇ ਇਹ ਸ਼ੁਰੂ ਕੀਤੀਆਂ ਅਤੇ ਮੈਂ ਉਹਨਾਂ ਕੋਲ ਲਿਆ ਤੀਆਂ ਇਹਨਾਂ ਨੂੰ। ਇਹਨਾਂ ਨੂੰ ਮੈਂ 30 ਕਿੱਟਾਂ ਦੇ ਦਿੱਤੀਆਂ ਜੀ, 30 ਗਲਵਸ ਦੇ ਜੋੜੇ ਦੇ ਦਿੱਤੇ, ਨਾਲ ਲੈਦਰ ਦੇ ਗਲਵਸ ਨੇ, 30 ਉਹ ਦੇ ਦਿੱਤੇ ਨਾਲ। ਹਾਂਜੀ ਮੈਂ ਉਹਨਾਂ ਨੂੰ ਕਿਹਾ ਸੀ, ਉਹ ਕਹਿੰਦੇ ਵੀ ਸਾਨੂੰ ਉੱਪਰ ਫੜਾ ਜਾਓ, ਮੈਂ ਕਿਹਾ ਜੀ ਨਹੀਂ ਮੈਂ ਉੱਪਰ ਨਹੀਂ ਫੜਾਉਣ ਆਉਣੀ ਆ ਤੁਹਾਨੂੰ, ਜਿਹੜੇ ਸਟਾਫ ਨੂੰ ਲੋੜ ਹੈ ਮੈਂ ਉਹਨਾਂ ਨੂੰ ਦਿਆਂਗਾ। ਇਸ ਲਈ ਜਿਹੜੇ ਨਰਸਿੰਗ ਸਟਾਫ ਦੇ ਪ੍ਰਧਾਨ ਸੀ ਮੈਡਮ, ਉਹਨਾਂ ਨਾਲ ਗੱਲ ਕੀਤੀ ਹੈ, ਅਤੇ ਗੱਲ ਕਰਨ ਤੋਂ ਬਾਅਦ ਉਹਨਾਂ ਨੂੰ ਮੈਂ ਕਿੱਟਾਂ 30 ਕਿੱਟਾਂ 30 ਉਹ ਗਲਵਸ ਦੇ ਦਿੱਤੇ, ਹੋਰ ਉਹਨਾਂ ਨੂੰ ਕਿਹਾ ਜਿੰਨੀਆਂ ਲੋੜ ਹੈ ਤੁਸੀਂ ਮੈਨੂੰ ਦੱਸ ਦਿਓ।